सिंह जी, तुसीं हमेशा ही बहुत वधिया जानकारी दिंदे आ सिख स्कॉलर आ वख वख मुद्दियां ते। जिहड़ा मैं अज तुहाडे नाल टॉपिक डिस्कस करना चाहुंदी उह थोड़ा जिहा डिफरेंट हैगा आ, खास करके पंजाब दा एक बहुत ही उभरदा सितारा सिख नौजवान बच्चा सिद्धू मूसेवाला हमेशा ही चर्चा विच रहा। उह अपने 4-5 साल दे करियर दे विच कैनेडा च वी उह सुरखियां च ही, पहला उहदा नज़रिया बहुत डिफरेंट ही उहदे बारे, हुण लोकां दा नज़रिया उहदी मौत तों बाद बिल्कुल डिफरेंट हो गया। ਤੁਸੀਂ ਇਹਨੂੰ ਇੱਕ ਯੂਥ ਸਾਈਕੀ ਨੂੰ ਜਾਂ ਆਮ ਲੋਕਾਂ ਦੀ ਸਾਈਕੀ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਆ? ਇਹਦੇ ਬਾਰੇ ਜਿਹੜਾ ਉਹਦਾ 5 ਸਾਲ ਦਾ ਮਿਊਜ਼ੀਕਲ ਸਫ਼ਰ ਆ ਨਾ, ਜਿਹੜਾ ਪਬਲਿਕ ਲਾਈਫ ਦਾ, ਆਪਾਂ ਉਹਦੇ ਉੱਥੋਂ ਹੀ ਦੇਖੀਏ, ਉਹਦੇ ਸਾਨੂੰ 2-3 ਚੀਜ਼ਾਂ ਬਹੁਤ ਨਜ਼ਰ ਆਉਂਦੀਆਂ ਨੇ ਕਲੀਅਰਲੀ। ਅਗੇਨ ਪਰਸਨਲੀ ਅਸੀਂ ਉਹਦੇ ਗਾਣਿਆਂ ਬਾਰੇ ਕੀ ਸੋਚਦੇ ਹਾਂ ਉਹਨੂੰ 1 ਮਿੰਟ ਸਾਈਡ 'ਤੇ ਰੱਖ ਦਈਏ। ਪਹਿਲੀ ਗੱਲ ਇਹ ਕਿ ਜਿਹੜਾ ਡਾਇਸਪੋਰਾ ਦਾ ਪੰਜਾਬੀ ਸਿੱਖ ਹੈਗਾ, ਜਿਹੜੇ ਈਵਨ 10 ਸਾਲ ਤੋਂ ਵੀ ਘੱਟ ਉਮਰ ਦੇ ਨਿਆਣੇ ਨੇ, ਉਹਨਾਂ ਨੇ ਉਹਦੇ ਗਾਣੇ ਸੁਣਨੇ ਸ਼ੁਰੂ ਕਰਤੇ ਜਿਹੜਾ ਅਦਰਵਾਈਜ਼ ਕੋਈ ਪੰਜਾਬੀ ਗਾਣਾ ਨਹੀਂ ਸੁਣਦੇ ਸੀ। ਇਹ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਹੈ। ਦੂਸਰੀ ਗੱਲ ਕਿ ਜਿਹੜੀਆਂ ਪੰਜਾਬ ਦੀਆਂ ਸਿਸਟਮ ਸੈਟਅਪ ਹੋਏ ਨੇ, ਕਈ ਵਾਰ ਉਹਨਾਂ ਨੂੰ ਅਸੀਂ ਮਿਊਜ਼ੀਕਲ ਮਾਫੀਆ ਵੀ ਆਖ ਦਿੰਦੇ ਹਾਂ, ਪੰਜਾਬ ਦਾ ਜਿਵੇਂ ਲੈਂਡ ਮਾਫੀਆ ਵੀ ਆ, ਉਸ ਤੋਂ ਬਾਹਰ ਆ ਕੇ ਸਕਸੈਸ ਕ੍ਰੀਏਟ ਕਰਨੀ ਅਤੇ ਆਪਣੀ ਥਾਂ ਬਣਾਉਣੀ, ਚੰਡੀਗੜ੍ਹ ਕਰਕੇ ਮੁਰਗਲੇ ਸੈਕਟਰਾਂ ਦੇ ਕਲੱਬਾਂ ਵਿੱਚ ਵੀ ਜਾ ਕੇ ਗਾਉਣਾ, ਅਤੇ ਉਹਦੇ ਵਿੱਚ ਜਿਹੜਾ ਇੱਕ ਓਬਜੈਕਟੀਫਿਕੇਸ਼ਨ ਨਹੀਂ ਕਰਨੀ ਵੁਮੈਨ ਦੀ, ਉਹਦੇ ਬਾਰੇ ਡਰੱਗਸ ਅਤੇ ਐਲਕੋਹਲ ਦੀ ਗੱਲ ਨਹੀਂ ਕਰਨੀ, ਇਸ ਲੈਵਲ 'ਤੇ ਸਕਸੈਸ ਨੂੰ ਲੈਣਾ ਕਿ ਇੱਕ ਪੇਂਡੂ ਮੁੰਡਾ ਵੀ ਇਸ ਤਰ੍ਹਾਂ ਸਕਸੈਸਫੁਲ ਹੋ ਸਕਦਾ ਬਗੈਰ ਕਿਸੇ ਪਲੈਟਫਾਰਮ ਦੇ, ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਆ। ਜਿਹੜੀ ਤੀਸਰੀ ਗੱਲ ਹੈਗੀ ਕਿ ਜਿਹੜਾ ਉਹਨੇ ਗੱਲਾਂ ਕਰਦੀਆਂ ਨਾ, ਜਿਹੜੀ ਉਹਦੀ ਮੈਚੋਰਿਟੀ ਆ, ਉਹਦੇ ਜਿਹੜੇ ਲਾਸਟ 2 ਈਅਰਸ ਤੁਸੀਂ ਦੇਖੋਗੇ ਉਹਦੇ ਗਾਣਿਆਂ ਦੇ ਵਿੱਚ, ਉਹ ਸਾਰੀਆਂ ਰਿਫਲੈਕਸ਼ਨਸ ਨੇ ਜਿਹੜੇ ਪੰਜਾਬ ਦੇ ਅਤੇ ਸਿੱਖਾਂ ਦੇ ਮੁੱਦੇ ਖੜ੍ਹੇ ਹੋਏ ਨੇ। ਉਹ ਰਿਫਲੈਕਸ਼ਨ ਉਹਦੀ ਆਉਣੀ ਸ਼ੁਰੂ ਹੋ ਗਈ, ਬਟ ਉਹ ਰਿਫਲੈਕਸ਼ਨ ਸਾਨੂੰ ਸਾਂ ਜਮਝ ਆਊਗੀ ਜੇ ਅਸੀਂ ਸਿਰਫ ਉਹਦਾ 1-2 ਗਾਣੇ ਦਾ ਵੀਡੀਓ ਦੇਖਾਂਗੇ ਨਾ, ਉਹ ਨਹੀਂ ਪੱਲੇ ਪਊਗਾ। ਉਹ ਇੱਕ ਗੈਂਗਸਟਰ ਕਲਚਰ 'ਚੋਂ ਆਇਆ ਸੀ, ਜਿਹੜਾ ਇੱਕ ਹਿਪ ਹੌਪ ਵਰਲਡ ਦਾ ਗਲੋਬਲ ਗੈਂਗਸਟਰ ਕਲਚਰ ਆ, ਉਹਦੇ ਐਂਗਲਸ ਨੂੰ ਉਹਨੇ ਇਨਕੋਰਪੋਰੇਟ ਕੀਤਾ ਸੀਗਾ ਆਪਣੇ ਗਾਣਿਆਂ ਦੇ ਵਿੱਚ, ਉਹ ਵੀ ਸਮਝਣਾ ਜ਼ਰੂਰੀ ਹੈ। ਉਹੀ ਗੱਲ ਨਾ, ਹੁਣ ਪਹਿਲਾਂ ਲੋਕ ਇਹਨੂੰ ਸੁਣਦੇ ਨਹੀਂ ਸੀ, ਮੇਰੇ ਵਰਗੇ ਅਸੀਂ ਉਹਦੇ ਕਦੀ ਵੀ ਫੈਨ ਨਹੀਂ ਸੀ, ਅਸੀਂ ਉਹਦੀਆਂ ਨਿਊਜ਼ ਕਰਦੇ ਸੀ ਕਿਉਂਕਿ ਉਹ ਚਰਚਾ ਵਿੱਚ ਇੱਦਾਂ ਹੀ, ਉਹਦੇ ਸ਼ੋਅਸ ਦੇ ਵਿੱਚ ਕਈ ਵਾਰੀ ਇੱਦਾਂ ਦੇ ਇੰਸੀਡੈਂਟ ਹੋ ਜਾਂਦੇ ਸੀ ਕਿ ਉਹ ਖਬਰਾਂ ਦਾ ਹਿੱਸਾ ਬਣ ਜਾਂਦੇ ਸੀ, ਪਰ ਉਹਦੀ ਮੌਤ ਤੋਂ ਬਾਅਦ ਉਹਦੇ ਗਾਣਿਆਂ ਨੂੰ ਸੁਣ ਕੇ ਵੇਖਿਆ ਤਾਂ ਨਜ਼ਰੀਆ ਬਦਲਿਆ ਵੀ, ਹੈ ਨਾ, ਉਹ ਰਿਐਲਿਟੀ। ਤੁਹਾਨੂੰ ਕੀ ਲੱਗਦਾ ਆ ਕਿ ਜਦੋਂ ਕੋਈ ਨੌਜਵਾਨ ਬਹੁਤੀਆਂ ਸੱਚ ਦੀਆਂ ਗੱਲਾਂ ਕਰਦਾ ਆ ਜਾਂ ਰਿਐਲਿਟੀ ਨੂੰ ਟੱਚ ਕਰਦਾ ਜਾਂ ਸਰਕਾਰਾਂ ਨੂੰ ਹਿਲਾਉਂਦਾ ਆ, ਅਤੇ ਕੀ ਉਹ ਤਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਆ, ਕੀ ਕਿੱਦਾਂ ਵੇਖਦੇ ਉਹਨੂੰ? ਦੇਖੋ, ਇਹਦੇ 'ਚ 2 ਧਿਰ ਤੋਂ ਦੇਖ ਸਕਦੇ। ਇੱਕ ਬੰਦੇ ਦੀ ਪਰਸਨਲ ਜਰਨੀ ਹੁੰਦੀ ਹੈ, ਉਹਦੀ ਆਪਣੀ ਜਰਨੀ ਦੇ ਵਿੱਚ ਵੀ ਇੱਕ ਮੈਚੋਰਿਟੀ ਆ। ਉਹ ਆਪਣੇ ਆਪ ਨੂੰ ਹਰ ਵੇਲੇ ਪੇਂਡੂ ਆਖਦਾ ਸੀ, ਉਹ ਆਪਣੇ ਆਪ ਨੂੰ, ਤੁਸੀਂ ਉਹਦੇ ਗੱਲ, ਤੁਸੀਂ ਇਮੋਸ਼ਨਲ ਗੱਲਾਂ ਵੀ ਸੁਣੋਗੇ ਨਾ ਅੱਜ ਦੀਆਂ ਨਹੀਂ, ਮੈਂ 3 ਸਾਲ ਪੁਰਾਣਾ ਇੰਟਰਵਿਊ ਵੀ ਉਹਦਾ ਦੇਖੇ ਨੇ ਜਿੱਥੇ ਉਹਨੇ ਕਿਹਾ ਹੋਏਗਾ ਕਿ ਮੈਂ ਕੇਸ ਕਿਉਂ ਰੱਖੇ। ਫੋਰ ਐਗਜ਼ਾਮਪਲ, ਕਹਿੰਦਾ ਮੇਰੇ ਦਾਦੀ ਨੇ ਕਿਹਾ ਕਿ ਮੇਰੇ ਪਿਓ ਨੂੰ ਕੱਟਣੇ ਪੈ ਗਏ ਸੀਗੇ ਕਿਉਂਕਿ ਉਹਦਾ ਇੱਕ ਹਾਦਸਾ ਹੋ ਗਿਆ ਸੀ ਆਰਮੀ ਦਾ, ਇਸ ਕਰਕੇ ਕਹਿੰਦਾ, ਇਸ ਕਰਕੇ ਇੱਦਾਂ। ਸੋ ਇਹ ਜਿਹੜੀਆਂ ਇਮੋਸ਼ਨਲ ਪੰਜਾਬੀ ਸਿੱਖ ਸਾਈਕੀ ਦੀਆਂ ਗੱਲਾਂ ਨੇ, ਉਹਦੀ ਇੱਕ ਆਪਣੀ ਜਰਨੀ ਚੱਲ ਰਹੀ ਹੈ। ਉਸ ਜਰਨੀ ਦੇ ਵਿੱਚ ਉਹ ਆਪ ਗਰੋ ਹੋਇਆ ਅਤੇ ਉਹਨੂੰ ਪਤਾ ਤਾਂ ਹੈ ਇਸ਼ੂ ਦਾ, ਉੱਥੇ ਹੀ ਉਹ ਸਕੂਲ 'ਚ ਪੜ੍ਹਿਆ, ਉੱਥੇ ਹੀ ਕਾਲਜਾਂ 'ਚ ਪੜ੍ਹਿਆ, ਪੰਜਾਬੀ ਸਿੱਖ ਇਸ਼ੂ ਦਾ ਉਹਨੂੰ ਸਾਰਿਆਂ ਪਤਾ। ਦੂਸਰਾ ਜਿਹੜਾ ਪੱਖ ਆ ਕਿ ਫਿਰ ਉਹ ਕਲਾਕਾਰ ਜਿਹੜੇ ਹੁੰਦੇ ਨੇ, ਉਹਨਾਂ ਨੇ ਇੱਕ ਆਪਣਾ ਡਿਸੀਜਨ ਲੈਣਾ ਹੁੰਦਾ ਅਤੇ ਸਰਕਾਰਾਂ ਫਿਰ ਜਾਂ ਜਿਹੜੇ ਉੱਥੇ ਦੇ ਸਰਕਾਰਾਂ ਦੀਆਂ ਏਜੰਸੀਜ਼ ਨੇ, ਆਈ ਡੋਂਟ ਮੀਨ ਸਿਰਫ ਇੰਟੈਲੀਜੈਂਸ ਏਜੰਸੀਜ਼, ਜਿਵੇਂ ਮਿਊਜ਼ਿਕ ਦੀ ਪ੍ਰੋਡਕਸ਼ਨ ਵੀ ਇੱਕ ਏਜੰਸੀ ਹੈ, ਮਿਊਜ਼ਿਕ ਦੀ ਡਿਸਟ੍ਰੀਬਿਊਸ਼ਨ ਵੀ ਇੱਕ ਏਜੰਸੀ ਆ, ਫਿਰ ਉਹ ਕਿਸ ਤਰੀਕੇ ਨਾਲ ਇਹਨਾਂ ਡੀਲ ਕਰਦੀਆਂ ਨੇ? ਉਹਨੇ ਇੱਕ ਡਿਸੀਜਨ ਲਿਆ, ਉਹਨੇ 2 ਸਾਲ ਪਹਿਲਾਂ ਡਿਸੀਜਨ ਲਿਆ ਕਿ ਮੈਂ ਇਹ ਵੀ ਗੱਲ ਕਰਨੀ ਆ, ਕਿਉਂਕਿ ਉਹ ਫ੍ਰੀ ਆ ਬੰਦਾ, ਉਹ ਦਬਣਾ ਨਹੀਂ ਚਾਹੁੰਦਾ ਕਿਸੇ ਤੋਂ ਵੀ। ਉਹਨੇ ਸ਼ੁਰੂ ਤੋਂ ਹੀ ਕਿਹਾ, ਕਹਿੰਦਾ ਮੈਨੂੰ ਮੇਰੇ ਕੋਲ ਬੜੇ ਅਵਗੁਣ ਨੇ, ਬਟ ਮੈਂ ਜੋ ਹਾਂ ਉਹ ਹਾਂ, ਵਟ ਯੂ ਸੀ ਇਜ਼ ਵਟ ਯੂ ਗੈਟ। ਉਹਨੇ ਫਿਰ ਉਹ ਇੱਕ ਲਾਈਨ ਕ੍ਰੋਸ ਕੀਤੀ, ਮੈਂ ਇਹਨੂੰ ਇਸ ਤਰ੍ਹਾਂ ਵੀ ਸਮਝਦਾ ਕਿ ਪੰਜਾਬ ਦੇ ਕਲਾਕਾਰ ਇਹ ਲਾਈਨ ਨਹੀਂ ਕ੍ਰੋਸ ਕਰਦੇ ਕਿ ਹਿਸਟੋਰੀਕਲ ਗੱਲਾਂ ਕਰਦੇ ਰਹਿੰਦੇ ਨੇ, ਇਹਨੇ ਕਰੰਟ ਗੱਲ ਕਰਨੀ ਸ਼ੁਰੂ ਕਰਤੀ, ਅਤੇ ਜਦ ਕੋਈ ਕਰੰਟ ਗੱਲ ਕਰਦਾ ਅਤੇ ਜਿਹਦੇ ਵੱਲ ਲੋਕ ਸੁਣ ਰਹੇ ਨੇ, ਈਵਨ ਇਫ ਜੇ ਉਹਨੂੰ ਵੋਟ ਨਹੀਂ ਪਾ ਰਹੇ ਬਟ ਉਹ ਗੱਲ ਕਰ ਰਿਹਾ ਅਤੇ ਸੁਣਾ ਰਿਹਾ, ਕਿਉਂਕਿ ਵੋਟ ਬੈਂਕ ਦੀ ਪੋਲੀਟਿਕਸ ਇੱਕ ਵੱਖਰੀ ਪੋਲੀਟਿਕਸ ਆ, ਉਹ ਇੱਥੇ ਨਹੀਂ ਗੱਲ ਹੋ ਸਕੂਗੀ, ਉਹ ਜਦੋਂ ਲਾਈਨ ਕ੍ਰੋਸ ਕਰ ਰਿਹਾ, ਫਿਰ ਜਿਹੜੇ ਵੀ ਐਸਟੈਬਲਿਸ਼ਮੈਂਟ ਆ, ਭਾਵੇਂ ਉਹ ਅਕਾਲੀਜ਼ ਨੇ ਅਤੇ ਭਾਵੇਂ ਉਹ ਕਾਂਗਰਸੀਜ਼ ਨੇ ਅਤੇ ਭਾਵੇਂ ਉਹ ਆਪ ਆ, ਇੱਕ ਐਸਟੈਬਲਿਸ਼ਮੈਂਟ ਪੋਲੀਟੀਕਲ ਪਾਰਟੀਜ਼ ਦੀ ਆ, ਇੱਕ ਸਟੇਟ ਦੀ ਆ, ਇੱਕ ਨੈਸ਼ਨਲ ਗਵਰਨਮੈਂਟਸ ਦੀ ਆ, ਉਹ ਸਾਰਿਆਂ ਨੂੰ ਹੀ ਫਿਰ ਹਲਚਲ ਹੋ ਗਈ ਕਿ ਇਹ ਕੀ ਹੋ ਰਿਹਾ। ਜਿਸ ਤਰ੍ਹਾਂ ਉਹਦੇ ਗਾਣਿਆਂ ਨੇ ਇੱਥੋਂ ਦੇ ਨੌਜਵਾਨ, ਸਾਡੀ ਅਗਲੀ ਪੀੜ੍ਹੀ ਨੂੰ ਪੰਜਾਬੀ ਦੇ ਨਾਲ ਜੋੜਤਾ, ਸਾਡੀ ਅਗਲੀ ਪੀੜ੍ਹੀ ਦੇ ਨਿਆਣੇ ਹੁਣ SYL ਗਾਣੇ ਦੀ ਟ੍ਰਾਂਸਲੇਸ਼ਨ ਸੁਣ ਰਹੇ ਆ, ਉਹਨਾਂ ਨੂੰ ਜਟਾਣੇ ਦਾ ਪਤਾ ਲੱਗ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਪੰਜਾਬੀ ਕੌਮ ਦੇ ਵਿੱਚ, ਪੰਜਾਬੀਅਤ ਦੇ ਵਿੱਚ ਇੱਕ ਇਹੋ ਜਿਹਾ ਮੋੜ ਹੀ ਜਿਹਨੇ ਅਰਾਊਂਡ ਦਾ ਵਰਲਡ ਅਗਲੀ ਪੰਜਾਬੀ ਜਨਰੇਸ਼ਨ ਨੂੰ ਪੰਜਾਬੀ ਦੇ ਨਾਲ ਜੋੜ ਦਿੱਤਾ,
ਤੇ ਜਦੋਂ ਉਹ ਇੰਨੀਆਂ ਸੱਚੀਆਂ ਗੱਲਾਂ ਜਾਂ ਇਹ ਕਰਦਾ ਜਾਂ ਉਹਦੇ ਹਰ ਗਾਣੇ ਦੇ ਵਿੱਚ ਉਹਦੀ ਮੌਤ ਦਾ ਜ਼ਿਕਰ ਆ, ਮਤਲਬ ਉਹਨੂੰ ਪਤਾ ਸੀਗਾ ਕਿ ਮੈਂ ਕਰ ਰਿਹਾ ਤੇ ਮੇਰਾ ਅੰਤ ਇਦਾਂ, ਉਹਨੂੰ ਤੁਸੀਂ ਕਿੱਦਾਂ ਫਿਰ ਵੇਖਦੇ ਆ? ਦੇਖੋ, ਇੱਕ ਤਾਂ ਕਈ ਵਾਰੀ ਕਈ ਚੀਜ਼ਾਂ ਦਾ ਮਿਥ ਵੀ ਬਣ ਜਾਂਦਾ, ਬਟ ਜੇ ਐਜ਼ ਏ ਸਟੂਡੈਂਟ ਆਫ ਹਿਸਟਰੀ ਵੀ ਮੈਂ ਇਹਨੂੰ ਦੇਖਾਂ, ਬਾਰਡਰ ਦੇ ਦੋਨੋਂ ਪਾਰ ਉਹਨੂੰ ਸੁਣਿਆ ਜਾ ਰਿਹਾ, ਵਿਚ ਮੀਨਸ ਕਿ ਐਕਚੁਅਲੀ ਪੰਜਾਬੀ ਮਾਨਸਿਕਤਾ ਸਿਰਫ ਹਿੰਦੁਸਤਾਨੀ ਪੰਜਾਬੀ ਨਹੀਂ ਜਾਂ ਹਿੰਦੁਸਤਾਨ ਵਾਲੇ ਪੰਜਾਬ ਦੀ ਨਹੀਂ। ਦੂਸਰੀ ਗੱਲ ਕਿ ਉਹ ਜਿਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਿਹਾ ਆਪਣੇ ਆਪ ਨੂੰ, ਜਿਹੜਾ ਮੈਂ ਇਸ਼ਾਰਾ ਕੀਤਾ ਕਿ ਹਿਪ ਹੌਪ ਗਲੋਬਲੀ ਇੱਕ ਰੈਜ਼ਿਸਟੈਂਸ ਦੀ ਵੌਇਸ ਹੈਗੀ, ਉਹਦੇ ਵਿੱਚ ਉਹ ਜਿਹੜੇ ਦੁਨੀਆ ਦੇ ਇਸ ਵੇਲੇ ਹਿਪ ਹੌਪ ਦੇ ਵਿੱਚ ਸਟਰਗਲਿੰਗ ਆਰਟਿਸਟ ਸੀ ਅਤੇ ਜਿਹੜੇ ਹੁਣ ਵੱਡੇ ਆਰਟਿਸਟ ਹੋ ਗਏ ਨੇ, ਕੋਈ ਗਲੋਬਲ ਪੰਜਾਬੀ ਇਸ ਲੈਵਲ 'ਤੇ ਨਹੀਂ ਪਹੁੰਚਿਆ ਜਿਹੜਾ ਪੱਗ ਦੇ ਵਿੱਚ ਵੀ ਹੋਵੇ ਅਤੇ ਜਿਹੜਾ ਇਸ ਲੈਵਲ ਦੀ ਇੱਕ ਹਮਦਰਦੀ ਅਤੇ ਸਾਂਝੀਵਾਲਤਾ ਦੇ ਵਿੱਚ ਰੈਜ਼ਿਸਟੈਂਸ ਕਲਚਰ ਦੇ ਹਿਪ ਹੌਪ ਕਲਚਰ ਵਿੱਚ ਗਿਆ ਹੋਵੇ, ਆਪਣੀ ਉਹਨੇ ਥਾਂ ਬਣਾਈ ਹੈ ਉਹਦੇ 'ਚ, ਯੂਨੋ ਗੋਰੇ ਕਾੜੇ ਪੰਜਾਬੀ ਹਿੰਦੁਸਤਾਨੀ ਸਾਰੇ ਪਾਕਿਸਤਾਨੀ ਉਹਨੂੰ ਦੇਖ ਰਹੇ ਨੇ। ਥਰਡ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਉਹਨੇ ਜਿਹੜੀ ਆਪਣੀ ਇੱਕ ਸੀਰੀਅਸ ਥਾਂ ਇਹ ਬਣਾ ਲਈ ਕਿ ਇਹ ਮੈਂ ਇਗਜ਼ੈਂਪਲ ਦੇ ਲੈਵਲ 'ਤੇ ਕਹਾਂਗਾ ਕਿ ਜਿਹੜੇ ਮੋਹਾਲੀ ਦੇ ਵੀ ਜੰਪਲ ਸੀਗੇ ਜਿਨ੍ਹਾਂ ਨੂੰ ਪਿਛਲੇ 30 ਸਾਲਾਂ ਦੇ ਇਤਿਹਾਸ ਬਾਰੇ ਜਾਣਕਾਰੀ ਜਿਹੜੀ ਨਹੀਂ ਦਿੱਤੀ ਜਾਂਦੀ, ਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੜ੍ਹਾਉਂਦਾ, ਨਾ CBSE ਪੜ੍ਹਾਉਂਦੀ ਆ, ਅਤੇ ਬਾਕੀ ਜਿਹੜੇ ਹੋਰ ਕਰਿਕੁਲਮ ਨੇ ਉਹਨਾਂ ਤਾਂ ਗੱਲ ਹੀ ਛੱਡ ਦਿਉ, ਤਾਂ ਹੋਰ ਇਲੀਟ ਨੇ, ਕੋਈ ਵੀ ਜੋ ਚੀਜ਼ ਨਹੀਂ ਪੜ੍ਹਾ ਰਿਹਾ। ਅਸੀਂ ਹੁਣ ਇੱਕ ਕਿਸੇ ਨੂੰ ਹਾਇਰ ਕੀਤਾ ਮੋਹਾਲੀ ਦੇ ਔਫਿਸ ਸਾਡੇ, ਅਤੇ ਉਹਨੂੰ ਮੈਂ ਪੁੱਛਿਆ, ਉਹ ਕਹਿੰਦੀ ਮੈਂ ਤਾਂ ਕਦੇ ਉਹਦੇ ਗਾਣੇ ਸੁਣੇ ਨਹੀਂ ਸੀ, ਬਟ SYL ਮੈਂ ਸੁਣ ਲਿਆ, ਹੁਣ ਮੈਂ ਗੂਗਲ ਕਰਕੇ ਪੰਜਾਬ ਦੀ ਹਿਸਟਰੀ ਜਿਹੜੀ ਮੈਨੂੰ ਨਹੀਂ ਪੜ੍ਹਾਈ, ਜਿਹੜੀ ਮਾਸਟਰਸ ਉੱਥੇ ਕੀਤੀ ਹੋਈ ਆ, ਕਹਿੰਦੀ ਹੁਣ ਮੈਂ ਸਿੱਖ ਰਹੀ ਹਾਂ ਇਸ ਤਰੀਕੇ ਨਾਲ। ਸੋ ਜਿਹੜਾ ਇਹ ਐਲੀਮੈਂਟ ਆ ਨਾ, ਦੇਖੋ ਆਪਾਂ ਜਿੰਨੇ ਮਰਜ਼ੀ ਵਿਸ਼ਲੇਸ਼ਣ ਕਰ ਲਈਏ ਅਤੇ ਬਹੁਤ ਆਏ ਨੇ ਪੰਜਾਬ ਦੇ ਮੀਡੀਆ ਵਿੱਚ ਵੀ ਅਤੇ ਬਾਹਰ ਵੀ, ਉਹਦੀ ਇੱਕ ਆਪਣੀ ਥਾਂ ਉਹ ਸਾਨੂੰ ਕਰਨ ਦੀ ਲੋੜ ਆ, ਬਟ ਜਿਹੜੀ ਉਹਨੇ ਹਲਚਲ ਇੱਕ ਐਵਰੇਜ ਸਿੱਖ ਅਤੇ ਐਵਰੇਜ ਪੰਜਾਬੀ ਅਤੇ ਐਵਰੇਜ ਯੰਗਸਟਰ ਦੇ ਵਿੱਚ ਪੈਦਾ ਕਰਦੀ, ਅਤੇ ਉਹਨੂੰ ਜੋੜਤਾ ਉਹਨੇ ਪੰਜਾਬ ਦੇ ਇਸ਼ੂਜ਼ ਦੇ ਨਾਲ, ਜਿਸ ਕਰਕੇ ਪੰਜਾਬ ਦੇ ਪੁਆੜੇ ਅਜੇ ਵੀ ਚੱਲ ਰਹੇ ਨੇ ਅਤੇ ਸਰਕਾਰਾਂ ਉਹਨਾਂ ਨੂੰ ਨਹੀਂ ਸੋਲਵ ਕਰ ਰਹੀਆਂ 40 ਸਾਲਾਂ ਤੋਂ ਉੱਤੇ ਦੀਆਂ, ਉਹਨੇ ਉਹਨੂੰ ਬਰਕਰਾਰ ਕਰਤਾ ਅਤੇ ਸੈਂਟਰ ਸਟੇਜ 'ਤੇ ਲਾਇਆ ਕਿ ਹੁਣ ਦੇ ਜਿਹੜੇ MPs ਨੇ ਅਤੇ MLAs ਨੇ ਜਿਹੜੇ ਕਦੇ ਇਹ ਗੱਲਾਂ ਨਹੀਂ ਕਰਦੇ ਸੀ ਪੰਜਾਬ ਦੇ ਪਾਣੀ ਦੇ ਮਸਲਿਆਂ ਦੀਆਂ, ਉਹ ਵੀ ਹੁਣ ਪੰਜਾਬ ਦੀ ਵਿਧਾਨ ਸਭਾ ਅਤੇ ਪੰਜਾਬ ਦੀ ਪਾਰਲੀਮੈਂਟ 'ਚੋਂ ਗੱਲਾਂ ਦੁਬਾਰਾ ਹੋ ਰਹੀਆਂ ਨੇ। ਇੱਕ ਨਾ ਬਹੁਤ ਹੁਣ ਜਿਸ ਤਰ੍ਹਾਂ ਦਾ ਡਿਜੀਟਲ ਵਰਲਡ ਦੇ ਵਿੱਚ ਮੰਨਿਆ ਜਾਂਦਾ ਕਿ ਜੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕਿਸੇ ਵੀ ਚੀਜ਼ ਨਾਲ ਜੋੜਨਾ ਤਾਂ ਉਹਨੂੰ ਡਿਜੀਟਲ ਫਾਰਮ ਦੇ ਵਿੱਚ, ਐਂਟਰਟੇਨਮੈਂਟ ਫਾਰਮ, ਜਿਹੜਾ ਸਮਾਂ ਦੇ ਨਾਲ ਸਾਨੂੰ ਬਦਲਣਾ ਚਾਹੀਦਾ ਬਦਲਣਾ ਆ, ਉਹਨੇ ਇਹ ਚੀਜ਼ 'ਚ ਲਿਆ ਕੇ ਬਹੁਤ ਜੋੜਿਆ। ਕੀ ਸੁਨੇਹਾ ਦੇਣਾ ਚਾਹੁੰਦੇ ਆ ਆਪਣੇ ਹੋਰ ਇਹੋ ਜਿਹੇ ਕਲਾਕਾਰਾਂ ਨੂੰ, ਪੰਜਾਬੀ ਨੂੰ ਪਿਆਰ ਕਰਨ ਵਾਲੇ ਜਾਂ ਇਹੋ ਜਿਹੇ ਕੰਮ ਕਰ ਰਹੇ ਲੋਕਾਂ ਨੂੰ ਕਿ ਅਸੀਂ ਕੀ ਕਰੀਏ, ਨੁਕਸਾਨ ਵੀ ਨਾ ਹੋਵੇ ਜੋ ਅੱਜ ਉਹਨੂੰ ਭੁਗਤਣਾ ਪਿਆ, ਪਰ ਅਸੀਂ ਆਪਣਾ ਇਸ ਚੀਜ਼ ਦਾ ਪਸਾਰ ਵੀ ਕਰ ਸਕੀਏ ਜਾਂ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ? ਇਹ ਦੇਖੋ, ਪੂਰੀ ਦੁਨੀਆ ਦੇ ਵਿੱਚ ਜਿਹੜੇ ਕਲਚਰ ਕ੍ਰੀਏਟਰਸ ਕਹਿੰਦੇ ਅੱਜ ਕੱਲ੍ਹ ਇਹਨਾਂ ਨੂੰ, ਜਿਹੜਾ ਵੀ ਕੋਈ ਕਲਚਰ ਕ੍ਰੀਏਟਰ ਆ, ਭਾਵੇਂ ਉਹ ਗਾ ਰਿਹਾ, ਭਾਵੇਂ ਉਹ ਡਾਕੂਮੈਂਟਰੀ ਬਣਾ ਰਿਹਾ, ਮੂਵੀ ਬਣਾ ਰਿਹਾ, ਉਹਨਾਂ ਨੇ ਇਹ ਦੇਖਣਾ ਕਿ ਅਸੀਂ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਪੂਰੀ ਕਰਨੀ ਆ। ਪਹਿਲਾ ਗੱਲ ਤਾਂ ਦੇਖੋ, ਸਾਡੇ ਤੁਹਾਡੇ ਦਰਸ਼ਕਾਂ ਨੂੰ ਮੈਂ ਕਹਾਂਗਾ, ਦਰਸ਼ਕਾਂ ਨੂੰ ਵੀ, ਦੇ ਆਰ ਇਨ ਸ਼ੋਅ ਬਿਜ਼ਨਸ, ਸੋ ਉਹਨਾਂ ਦੀ ਹਰ ਚੀਜ਼ ਸ਼ੋਅ ਬਿਜ਼ਨਸ ਦੀ ਇੱਕ ਚੀਜ਼ ਫੜ ਕੇ ਨਾ ਕ੍ਰਿਟੀਕ ਕਰੋ, ਪਹਿਲਾ ਕੰਮ ਉਹਨਾਂ ਦਾ ਸ਼ੋਅ ਬਿਜ਼ਨਸ ਹੀ ਆ। ਸੋ ਸ਼ੋਅ ਬਿਜ਼ਨਸ 'ਚ ਬੜਾ ਕੁਛ ਹੁੰਦਾ। ਫਿਰ ਦੂਸਰਾ ਹੁੰਦਾ ਕਿ ਜਦੋਂ ਕਿਸੇ ਸਿਖਰ 'ਤੇ ਜਾ ਰਹੇ ਨੇ, ਤੁਸੀਂ ਦੇਖਿਆ ਹੋਣਾ ਆਪਾਂ ਜਿਹੜੀਆਂ ਬੈਸਟ ਮੂਵੀਜ਼ ਦੁਨੀਆ ਦੇ ਬਣੀਆਂ ਨੇ, ਭਾਵੇਂ ਯਹੂਦੀਆਂ ਬਾਰੇ, ਉਹ ਅਰਲੀ ਨਹੀਂ ਬਣ ਗਈਆਂ ਸੀ। ਜਾਂ ਸਟੀਵਨ ਸਪੀਲਬਰਗ ਇੱਕ ਸਿਖਰ 'ਤੇ ਸੀ, ਲੀਆਮ ਨੀਸਨ ਇੱਕ ਸਿਖਰ 'ਤੇ ਸੀ, ਤਾਂ ਬਣਾਈਆਂ ਤਾਂ ਦੁਨੀਆ ਨੇ ਬਲੈਕ ਐਂਡ ਵਾਈਟ ਵੀ ਦੇਖੀ। ਸੋ ਜਦੋਂ ਕਿਸੇ ਸਿਖਰ 'ਤੇ ਜਾ ਰਹੇ ਨੇ, ਮਤਲਬ ਚੜ੍ਹਾਈ ਹੋ ਰਹੀ ਹੈ ਉਹਨਾਂ ਦੀ, ਚੜ੍ਹਤ ਹੋ ਰਹੀ ਹੈ, ਫਿਰ ਉਹ ਕਿੰਨੀ ਕੁ ਜ਼ਿੰਮੇਵਾਰੀ ਸਿੱਖਾਂ ਪ੍ਰਤੀ ਅਤੇ ਪੰਜਾਬ ਪ੍ਰਤੀ ਨਿਭਾ ਰਹੇ ਨੇ, ਇਹ ਜ਼ਰੂਰ ਸੋਚ ਲੈਣ। ਬਿਲਕੁਲ ਜੀ, ਉਮੀਦ ਕਰਦੇ ਹਾਂ ਇਹਦਾ ਸਾਰਾ ਰਿਜ਼ਲਟ ਸਾਹਮਣੇ ਆਵੇ, ਕੀ ਉਹਦੇ ਨਾਲ ਵਾਪਰਿਆ, ਕਿਉਂ ਵਾਪਰਿਆ, ਸਾਰਾ ਅਖੀਰ 'ਚ ਪਤਾ ਲੱਗੇ ਲੋਕਾਂ ਦੀ, ਹੈ ਨਾ, ਇਹੋ ਜਿਹੀਆਂ ਚੀਜ਼ਾਂ ਕਦੀ ਵੈਸੇ ਸਾਹਮਣੇ ਨਹੀਂ ਆਉਂਦੀਆਂ, ਡਰ ਵੀ ਹੈ ਲੋਕਾਂ ਨੂੰ। ਥੈਂਕ ਯੂ ਸੋ ਮੱਚ, ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਮਿਹਰਬਾਨੀ।